ਬਖਸ਼ੀਸ਼ ਜੀ ਦੱਸ ਦੀਆਂ ਜਰਾਬਾਂ ਕਿੱਥੇ ਨੇ? ਦੱਸ ਦੀਆਂ ਤੇ ਪਤਾ ਨਹੀਂ, ਤੁਹਾਡੀਆਂ ਧੋ ਕੇ ਸੁੱਕਨੇ ਪਾਈਆਂ ਜਿਵੇਂ ਰਾਤੀ ਮੈਨੂੰ ਸੁੱਕਨੇ ਪਾਇਆ ਸੀ। ਕਿੱਥੇ ਸੀ ਰਾਤੀ? ਘਰੇ ਸੀ, ਆਦੇ ਗਿਆ ਸੀ 12 ਵਜੇ। ਮੈਂ 12 ਵਜੇ ਤੱਕ ਕਿੱਥੇ ਸੀ? ਉਹ ਮੀਟਿੰਗ 'ਚ ਬਿਜ਼ੀ ਸੀ, ਅਰਜੈਂਟ ਮੀਟਿੰਗ ਸੀ ਬੌਸ ਨਾਲ। ਕੀ ਸਬੂਤ ਹੈ? ਇਹ ਸਬੂਤ ਨੂੰ ਮੀਟਿੰਗ ਦੇ ਟਿਕਟਾਂ ਲੈਣੀਆਂ ਪੈਂਦੀਆਂ। ਭਈ ਤੈਨੂੰ ਟਿਕਟਾਂ ਦਿਖਾ ਦਿਆਂ, ਵੇਖੋ ਜੀ ਟਿਕਟਾਂ, ਰਾਤੀ ਮੀਟਿੰਗ ਤੇ ਗਏ ਸੀ। ਇਹ ਤੁਹਾਡੀਆਂ ਦੇਰ ਰਾਤ ਦੀਆਂ ਮੀਟਿੰਗਾਂ, ਰੋਜ਼-ਰੋਜ਼ ਦਾ ਕੰਮ ਹੋ ਗਿਆ। ਮੇਰੀ ਤਾਂ ਯਾਰ ਲਾਈਫ ਹੀ ਖਰਾਬ ਹੋ ਗਈ ਹੈ। ਦਫ਼ਤਰ ਜਾਓ ਤੇ ਬੌਸ ਖਾਣ ਨੂੰ ਪੈਂਦਾ, ਘਰ ਆ ਰੋਟੀ ਖਾਣ ਪੀਣ ਜੋਗਾ ਨਹੀਂ ਛੱਡਦੀ। ਠੀਕ, ਅੱਜ ਤੋਂ ਬਾਅਦ ਮੈਂ ਵੀ ਸੌਂ ਖਾਣਾ, ਫਿਰ ਸ਼ਾਮੀ 5 ਵਜੇ ਦਾ ਟਾਈਮ ਮੈਂ ਆਪਣੀ ਘਰ ਦੀ ਘੜੀ ਤੇ ਵੇਖਿਆ ਕਰਨਾ। ਭਾਵੇਂ ਘੜੀ ਨਾ ਮੈਨੂੰ ਦਫ਼ਤਰ ਲਿਜਾਣੀ ਪਿਆ ਕਰੇ ਨਾਲ। ਹਾਂ ਹਾਂ, ਘੜੀਆਂ ਲੈ ਜਿਓ ਨਾਲ, ਮੈਨੂੰ ਛੱਡ ਜਾਓ ਇੱਥੇ, ਜੂਨ ਖਰਾਬ ਹੋ ਗਈ ਮੇਰੀ। ਜੂਨ ਹੀ ਖਰਾਬ ਹੋਈ ਹੈ ਨਾ, ਮਈ ਤੱਕ ਸਾਰਾ ਕੁਝ ਠੀਕ ਸੀ ਨਾ, ਹੁਣ ਜੂਨ 'ਚ ਮੀਟਿੰਗਾਂ ਜ਼ਿਆਦਾ ਆ ਰਹੀਆਂ, ਕੀ ਕਰਾਂ ਮੈਂ? ਕਦਰ ਹੀ ਕੋਈ ਨਹੀਂ ਇਸ ਬੰਦੇ ਨੂੰ। ਬਿਮਾਰ ਹੋਏ, ਭਰਾ ਮੁੱਕਰ ਗਏ, ਦੋ ਬੋਤਲਾਂ ਖੂਨ ਦੀਆਂ ਮੈਂ ਦਿੱਤੀਆਂ। ਮੇਰਾ ਸਾਰਾ ਖੂਨ ਪੀਨੀ ਵੀ ਤਾਂ ਤੂੰ ਹੀ ਆ, ਦੋ ਬੋਤਲਾਂ ਵਿੱਚ ਮੋੜ ਵੀ ਦਿੱਤੀਆਂ, ਸਾਨ ਕਰਤਾ ਮੇਰੇ ਸਿਰ। ਮੈਂ ਸੱਚ ਜਾਣ ਕੇ ਰਹਿਣਾ, ਕਿੱਥੇ ਸੀ ਯਾਰ? ਕੀ ਦੱਸਾਂ ਤੈਨੂੰ ਕਿੱਥੇ ਸੀ, ਨਹੀਂ ਮੇਰੇ ਤੇ ਯਕੀਨ ਆਂਦਾ। ਮੇਰੇ ਬੌਸ ਨਾਲ ਗੱਲ ਕਰ ਲੈ, ਕੋਹਲੀ ਸਾਹਿਬ ਨਾਲ, ਮੀਟਿੰਗ 'ਚ ਸੀਗਾ। ਉਧਰ ਮੈਂ ਦਫ਼ਤਰ ਪ੍ਰਮੋਸ਼ਨ ਦੀ ਵੇਟ ਕਰਦਾ ਪਿਆ, ਤੂੰ ਮੈਨੂੰ ਨੌਕਰੀਆਂ ਕਢਾਉਣ ਨੂੰ ਫਿਰਦੀ ਯਾਰ। ਇਹ ਪ੍ਰਮੋਸ਼ਨ ਦਾ ਤੇ ਮੈਨੂੰ ਪਤਾ ਨਹੀਂ, ਪਰ ਜੇ ਇਸ ਘਰ 'ਚ ਮੇਰੇ ਨਾਲ ਝੂਠ ਬੋਲਿਆ ਨਾ, ਮੈਂ ਇਸ ਘਰ 'ਚ ਨਹੀਂ ਰਹਿਣਾ। ਠੀਕ ਹੈ, ਆਪਾਂ ਘਰ ਹੀ ਛੱਡ ਦੇਣਾ। ਜਿੱਦਣ ਮੈਂ ਝੂਠ ਬੋਲਿਆ ਨਾ, ਮੈਂ ਨਾਲ ਹੀ ਨਵਾਂ ਘਰ ਦੇਖਣਾ ਸ਼ੁਰੂ ਕਰ ਦੇਣਾ। ਜਸਟ ਕਿਡਿੰਗ ਬੇਬੀ। ਮੈਂ ਜਰਾਬਾਂ ਨਾ ਦੱਸੀ ਮੈਨੂੰ ਕਿੱਥੇ ਨੇ, ਸਿਆਪੇ ਪਾਈ ਜਾਂ ਨਵੇਂ ਤੋਂ ਨਵੇਂ, ਘੀਆ ਹੀ ਬਣਾਈ ਰੋਜ਼। ਇੱਕ ਸ਼ਰਤ ਜਾਣਾ, ਮੈਂ ਨਾ ਪ੍ਰੋਮਿਸ ਕਰ ਦੂੰ ਅੱਜ ਕੰਪਿਊਟਰ ਕਲਾਸ ਛੱਡ ਕੇ ਘੁੱਗੀ ਦੇ ਘਰ ਮੈਨੂੰ ਸ਼ਾਮੀ ਮਿਲਣ ਆਏਗੀ। ਅੱਛਾ ਬਾਬਾ, ਪਲੀਜ਼ ਪਰ ਹੁਣ ਜਾ ਇੱਥੋਂ। ਤੂੰ ਬੰਦ ਬੰਦ ਮੁੱਕ ਗਏ, ਸ਼ਾਮੀ ਆ ਲਈ ਮਿਲਦੇ ਆ। ਹਾਂ ਬਿੱਲੇ। ਹਾਂ ਘੁੱਗੀ ਬੋਲ। ਅੱਛਾ ਗੱਲ ਸੁਣ, ਜੇ ਤੇਰੀ ਭਾਬੀ ਨਾਲ ਗੱਲ ਹੋਵੇ ਨਾ, ਤੇ ਤੂੰ ਉਹਨੂੰ ਇਹ ਨਹੀਂ ਦੱਸਣਾ ਵੀ ਆਪਾਂ ਦੋਵੇਂ ਇਕੱਠੇ ਫਿਲਮ ਦੇਖਣ ਗਏ ਸੀ। ਠੀਕ ਆ, ਮੈਂ ਉਹਨੂੰ ਕਹੂੰਗਾ ਆਪਾਂ ਦੋਨੇ ਵੱਖਰੇ ਵੱਖਰੇ ਦੇਖਣ ਗਏ ਸੀ। ਓ ਬਿੱਲਿਆ, ਉਹ ਨਹੀਂ ਦੱਸਦਾ ਯਾਰ। ਅੱਛਾ ਗੱਲ ਸੁਣ, ਮੈਂ ਤੇ ਭੋਲੀ ਸ਼ਾਮੀ ਤੇਰੇ ਘਰ ਆ ਰਹੇ ਹਾਂ, ਭੋਲੀ ਦੀ ਮਾਂ ਨੂੰ ਸਾਡੇ ਵਿਆਹ ਲਈ ਬਣਾਉਣਾ, ਤੇਰੇ ਨਾਲ ਆਈਡੀਆ ਡਿਸਕਸ ਕਰਨਾ। ਠੀਕ ਹੈ ਫਿਰ, ਟਾਈਮ ਨਾਲ ਹੀ ਆ ਜਾਈਂ, ਤੇਰੇ ਵਾਲਾ ਕੰਡਾ ਕੱਢ ਹੀ ਦਈਏ ਫਿਰ, ਮੇਰੇ ਕੋ ਵੀ ਤੂੰ ਜ਼ਿਆਦਾ ਹੱਸਦਾ ਖੇਡਦਾ ਜਰਿਆ ਨਹੀਂ ਜਾਂਦਾ। ਚੱਲ ਬਾਅਦ ਗੱਲ ਕਰਦੇ ਹਾਂ, ਬੌਸ ਡੀਕਦਾ ਹੋਣਾ ਮੈਨੂੰ। ਬਾਏ। ਓਕੇ। ਹੈਲੋ ਹੈਲੋ, ਕੋਲੀ ਬਿੱਟੂ ਬੋਲ ਰਿਹਾ। ਲੱਗਦਾ ਤੁਹਾਨੂੰ ਭੁਲੇਖਾ ਲੱਗਿਆ ਹੈ। ਕੋਲੀ ਬਿੱਟੂ ਕੀ ਹੋਇਆ? ਬਿੱਟੂ ਕੋਲੀ ਹੋਣਾ ਹੈ ਤੁਹਾਡਾ ਨਾਮ। ਓਏ ਕੋਲੀ ਤੂੰ ਹੈ, ਮੈਂ ਬਿੱਟੂ ਬੋਲ ਰਿਹਾ, ਬਿੱਟੂ ਸ਼ਾਲੀਮਾਰ। ਮਹਾਰਾਜ, ਸਾਡੇ ਤਾਂ ਬਿੱਟੂ ਵੀ ਤੁਸੀਂ ਹੋ, ਕੋਲੀ ਵੀ ਤੁਸੀਂ ਹੋ। ਤੁਸੀਂ ਹੁਕਮ ਕਰੋ ਸਰ। 21 ਤਰੀਕ ਹੋ ਗਈ ਆ। ਲੈ, ਅਜੇ ਕੱਲ 20 ਸੀ, ਅੱਜ 21 ਵੀ ਹੋ ਗਈ। ਕੀ ਪਤਾ ਲੱਗਦਾ ਜੀ, ਇੱਕ ਦਿਨ 'ਚ ਤਰੀਕ ਬਦਲ ਜਾਂਦੀ ਹੈ। ਹੈ ਤੇਰੇ ਸਾਲੇ ਦੇ ਪੈਸੇ ਮੋੜਨ ਦੀ ਅੱਜ ਆਖਰੀ ਤਰੀਕ ਹੈ। ਤੁਸੀਂ ਫਿਕਰ ਨਾ ਕਰੋ ਜੀ, ਮੈਂ ਸਾਲੇ ਨੂੰ ਕਿਹਾ ਹੋਇਆ ਵੀ ਸਾਲੇ ਪੈਸੇ ਟਾਈਮ ਸਿਰ ਮੋੜਨੇ ਆ। ਹਾਲੇ ਤਾਂ ਮੈਂ ਪੈਸੇ ਮੋੜਨ ਦੀ ਤਰੀਕ ਦੱਸੀ ਹੈ, ਹੁਣ ਸੁਣ ਤਰੀਕਾ। ਪੈਸੇ ਮੇਰੇ ਘੰਟਾ ਲੇਟ ਹੋ ਜਾਣਾ, ਮੈਂ ਗਰੰਟਰ ਦੇ ਗੋਲੀ ਮਾਰ ਦੇਣਾ। ਪਰ ਜਦੋਂ ਮੈਂ ਪੈਸੇ ਦਵਾਏ ਸੀ ਉਦੋਂ ਤਾਂ ਤੁਸੀਂ ਕਿਹਾ ਸੀ ਮੈਂ ਚਾਕੂ ਮਾਰਦਾ ਮੱਖੀ 'ਚ, ਹੁਣ ਗੋਲੀ ਦੀ ਗੱਲ ਕਰ। ਓਏ ਉਦੋਂ ਸਾਡਾ ਲਾਇਸੈਂਸ ਨਹੀਂ ਸੀ ਬਣਿਆ, ਪਰਸੋਂ ਹੀ ਲਿਆਂਦੀ ਆ ਕਾਨਪੁਰ ਤੋਂ, ਇੰਡੀਅਨ ਆਰਡੀਨੈਂਸ ਦੀ ਰਿਵਾਲਵਰ, 65,000 ਦੀ ਸੀ, 85,000 'ਚ ਪਈ ਹੈ। ਲੈ ਫਿਰ ਵੀ ਖੱਟ ਗਏ ਤੁਸੀਂ, ਇੱਥੇ ਤਾਂ ਲੱਖ ਲੱਖ ਦੀ ਮਿਲਦੀ ਹੈ। ਓਏ ਬਾਲਾ ਫਰੈਂਕ ਨਾ ਹੋ, ਆਪਣੇ ਸਾਲੇ ਨੂੰ ਯਾਦ ਕਰਾ, ਕਿਹਾ ਜਾ ਆਖਰੀ ਤਰੀਕ ਆ ਪੈਸੇ ਮੋੜ। ਉਹ ਥੋੜਾ ਪਲੱਕੜ ਹੈ ਜੀ, ਉਹਦੀ ਤਾਂ ਜੰਮਣ ਦੀ ਡਿਊ ਡੇਟ ਡਾਕਟਰਾਂ ਨੇ ਬਾਈ ਦੱਸੀ ਸੀਗੀ, 29 ਨੂੰ ਜੰਮਿਆ, ਜਾ ਕੇ ਥੋੜਾ ਅੱਗਾ ਪਿੱਛਾ ਕਰ ਜਾਂਦਾ ਹੈ। ਜਿਹਦਾ ਪਿੱਛਾ ਅਸੀਂ ਕਰਦੇ ਹਾਂ ਨਾ, ਉਹਦਾ ਅੱਗਾ ਉਜਾੜ ਦਿੰਦੇ ਹੁੰਦੇ ਹਾਂ। ਰਾਤ ਤੱਕ ਪੈਸੇ ਪਹੁੰਚ ਜਾਣੇ ਚਾਹੀਦੇ ਨੇ। ਠੀਕ ਹੈ ਸ਼ਾਲੀਮਾਰ ਸਾਹਿਬ, ਮੈਂ ਖੁਦ ਹੁਣੇ ਉਹਨੂੰ ਕੈਲੰਡਰ ਪਹੁੰਚਾਉਂਦਾ ਹੈ, 21 ਤਰੀਕ 'ਤੇ ਗੋਲਾ ਮਾਰ ਕੇ। ਗੋਲਾ ਮਾਰ ਲਾ, ਨਹੀਂ ਤਾਂ ਗੋਲੀ ਮਾਰਾਂਗੇ। ਹੈ ਹੈਲੋ ਹੈਲੋ, ਸਾਹਿਬ ਆ ਗਏ ਸਰ ਜੀ, ਸਾਈਨ ਕਰ। ਉੱਥੇ ਵੇਟ ਕਰ, ਮੈਂ ਬੁਲਾਉਣਾ ਤੈਨੂੰ।
ਸਰ ਗੁੱਡ ਮਾਰਨਿੰਗ ਜੀ। ਉਹ ਕਹਿ ਤਾਂ ਦਿੱਤਾ ਪੈਸੇ ਪਹੁੰਚ ਜਾਣਗੇ। ਕਿਹੜੇ ਪੈਸੇ ਸਰ? ਮੈਂ ਗੁੱਡ ਮਾਰਨਿੰਗ ਸਰ। ਗੁੱਡ ਮਾਰਨਿੰਗ, ਬੈਠੋ ਬੈਠੋ। ਸਰ ਬੜੇ ਪਰੇਸ਼ਾਨ ਲੱਗ ਰਹੇ ਆ ਸਰ, ਮਤਲਬ ਫਿਰ ਉਹ ਖੂਨੀ ਬਵਾਸੀਰ ਵਾਲੀ ਪ੍ਰੋਬਲਮ ਦੁਬਾਰਾ ਹੋ ਗਈ। ਉਹ ਤਾਂ ਚੱਲਦੀ ਰਹਿਣੀ ਹੈ, ਪਰ ਤੇਰੇ ਲਈ ਖੁਸ਼ਖਬਰੀ ਹੈ। ਜਨਾਬ ਦੀ ਬਦਲੀ ਹੋ ਗਈ ਜੀ? ਮੇਰਾ ਮਤਲਬ ਜਨਾਬ ਦੀ ਤਰੱਕੀ ਹੋ ਰਹੀ ਹੈ ਜੀ? ਨਹੀਂ, ਮੇਰੀ ਤਰੱਕੀ ਤਾਂ ਨਹੀਂ, ਪਰ ਤੇਰੀ ਤਰੱਕੀ ਹੋ ਰਹੀ ਹੈ। ਵੈਸੇ ਸਰ ਮੈਂ ਇਸ ਲਾਇਕ ਤਾਂ ਨਹੀਂ ਹੈਗਾ ਜੀ। ਉਹ ਤਾਂ ਮੈਨੂੰ ਪਤਾ ਹੈ, ਪਰ ਡਿਪਾਰਟਮੈਂਟ ਵੱਲੋਂ ਸੀਨੀਓਰਟੀ ਤੇ ਤੇਰੀ ਪ੍ਰਮੋਸ਼ਨ ਆਈ। ਹੁਣ ਦੱਸ ਇਹਦੇ 'ਚ ਅਸੀਂ ਕੀ ਕਰ ਸਕਦੇ? ਨੈਚੁਰਲੀ ਸਰ ਤਰੱਕੀ ਕਰ ਸਕਦੇ ਹਾਂ, ਹੋਰ ਤਾਂ ਕੁਝ ਨਹੀਂ ਕਰ ਸਕਦੇ ਸਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਆਪਣੇ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਦੇ ਕੁਝ ਸਰਟਨ ਰੂਲਸ ਨੇ ਜੀ। ਉਹਦੇ ਮੁਤਾਬਿਕ ਜਦੋਂ ਵੀ ਕਿਸੇ ਦੀ ਪ੍ਰਮੋਸ਼ਨ ਕਰਨੀ ਹੁੰਦੀ ਹੈ ਨਾ, ਤਾਂ ਮੈਨੂੰ ਉੱਥੇ ਉਹਨਾਂ ਦੇ ਘਰ ਜਾ ਕੇ ਇਹ ਦੇਖਣਾ ਪੈਂਦਾ ਹੈ ਕਿ ਉਹ ਹੈਪੀ ਫੈਮਿਲੀ ਲਾਈਫ ਲੀਡ ਕਰ ਰਿਹਾ ਕਿ ਨਹੀਂ, ਇਸ ਲਈ ਮੈਨੂੰ ਤੇਰੇ ਘਰ ਜਾਣਾ ਪੈਣਾ। ਪਰ ਉਹ ਤਾਂ ਸਰ ਸਾਰੀ ਕਾਗਜ਼ੀ ਕਾਰਵਾਈ ਹੁੰਦੀ ਹੈ ਜੀ, ਉਹ ਤਾਂ ਇੱਥੇ ਸਾਰੇ ਕਾਗਜ਼ ਦੇ ਤੁਸੀਂ ਟੁਕੜੇ ਦੇ ਉੱਤੇ ਲਿਖ ਦੇਣਾ ਫਟਾਫਟ ਹੱਥ ਨਾਲ ਜੀ, ਕਿ ਮੈਂ ਘਰ ਵਿਜ਼ਿਟ ਕੀਤਾ, ਘਰ 'ਚ ਸਾਰਾ ਕੁਝ ਠੀਕ ਠਾਕ ਸੀ, ਫੈਮਿਲੀ ਲਾਈਫ ਬਹੁਤ ਅੱਛੀ ਹੈ, ਲਿਖ ਕੇ ਸਾਈਨ ਕਰਕੇ ਭੇਜ ਦੇਣਾ, ਉਧਰੋਂ ਪ੍ਰਮੋਸ਼ਨ ਆ ਜਾਣੀ ਸਰ। ਤੇਰੀ ਪ੍ਰਮੋਸ਼ਨ ਹੋ ਜਾਏ ਔਰ ਮੈਂ ਸਸਪੈਂਡ ਹੋ ਜਾ। ਇੱਥੇ ਹੀ ਕਿਸੇ ਚੁਗਲਖੋਰ ਨੇ ਕਿ ਚੁਗਲੀ ਮਾਰ ਦੇਣੀ ਹੈ, ਇਸ ਲਈ ਮੈਨੂੰ ਤੇਰੇ ਘਰ ਤਾਂ ਜਾਣਾ ਹੀ ਪੈਣਾ ਹੈ ਰਿਪੋਰਟ ਤਿਆਰ ਕਰਨ ਵਾਸਤੇ। ਤੁਸੀਂ ਜਦੋਂ ਮਰਜ਼ੀ ਆ ਜਾਓ ਸਾਡੇ ਘਰ, ਮੇਰਾ ਤਾਂ ਸਰ ਮੇਰੀ ਵਾਈਫ ਦਾ ਤੁਹਾਨੂੰ ਪਤਾ ਇੰਨਾ ਪਿਆਰ ਹੈ, ਜਿੱਦਾਂ ਉਹ ਸਾਡਾ ਆਪਸ ਇੱਟ ਕੁੱਤੇ ਵਾਲਾ ਪਿਆਰ ਹੈ ਜੀ। ਪਰ ਇੱਟ ਕੁੱਤੇ ਦਾ ਤਾਂ ਮੈਂ ਸੁਣਿਆ ਵੈਰ ਹੁੰਦਾ। ਮੈਨੂੰ ਕਹਾਵਤ ਹੀ ਕਾਲੀ ਕਾਲੀ ਚ ਯਾਦ ਆਈ ਜੀ। ਨਹੀਂ ਸਰ, ਸਾਡਾ ਨਾ ਮਤਲਬ ਇੰਨਾ ਪਿਆਰ ਹੈ ਕਿ ਦਿਹਾੜੀ 'ਚ 150 ਤੱਕ ਇੱਕ ਦੂਸਰੇ ਨੂੰ ਫੋਨ ਕਰਦੇ ਹਾਂ ਅਸੀਂ ਸਰ। ਸਰ ਤਾਂ ਜਨਾਬ ਕੱਲ ਰਾਤ ਬੌਸ ਨਾਲ ਮੀਟਿੰਗ 'ਚ ਸੀ। ਮੇਰਾ ਫੋਨ ਹੈ ਸਰ, ਤੁਹਾਡਾ ਆ ਪਿਆ ਸਰ। ਮੈਨੂੰ ਕਾਲੀ ਕਾਲੀ ਚ ਪਤਾ ਨਹੀਂ ਲੱਗਦਾ। ਹੈਲੋ, ਰਾਤ ਟਿਕਟਾਂ ਲੈ ਕੇ ਆਫਿਸ ਦੀ ਮੀਟਿੰਗ ਕਰ ਰਹੇ ਸੀ। ਮੈਨੂੰ ਤੁਹਾਡੀ ਜੇਬ ਚੋਂ ਆਰਤੀ ਥੀਏਟਰ ਦੀਆਂ 9 ਤੋਂ 12 ਦੇ ਸ਼ੋਅ ਦੀਆਂ 2 ਟਿਕਟਾਂ ਮਿਲੀਆਂ, ਹੁਣ ਇਹ ਵੀ ਦੱਸ ਦੋ ਨਾਲ ਕਿਹੜੀ ਸੀ? ਜਾਂ ਚੱਲੀ ਨਾ ਹੋਵੇ ਤਾਂ, ਉਦੋਂ ਬਿੱਲੇ ਨੇ ਮੰਗਾਈਆਂ ਸੀ ਨਾ 2 ਟਿਕਟਾਂ, ਉਹਨੂੰ ਦੇਣੀਆਂ ਸੀ। ਕਿੰਨੇ ਝੂਠ ਬੋਲੋਗੇ? ਨਹੀਂ ਸੱਚੀ, ਉਹ ਪਿਆਰ ਹੋ ਰਿਹਾ ਸੀ। ਪਿਆਰ ਕਿਹਦੇ ਨਾਲ ਪਿਆਰ ਹੋ ਰਿਹਾ? ਆਈ ਲਵ ਯੂ ਟੂ। ਤੇਰਾ ਭਲਾ ਹੋ ਜੇ, ਫੋਨ ਤੇ ਗੱਲਾਂ ਮੇਰੇ ਨਾਲ ਤੇ ਪਿਆਰ ਕਿਸੇ ਹੋਰ ਨਾਲ। ਕੌਣ ਹੈ ਮੇਰੀ ਸੌਂਕਣ ਜਿਹਦੇ ਨਾਲ ਦਿਨੇ ਪਿਆਰ ਕਰਦੇ ਹੋ ਤੇ ਰਾਤ ਨੂੰ ਫਿਲਮਾਂ ਦੇਖਣ ਜਾਂਦੇ ਹੋ? ਇੰਨਾ ਪਿਆਰ ਨਾ ਕਰ ਸਵੀਟੀ, ਦੇਖ ਮੈਂ ਨਹੀਂ ਬਰਦਾਸ਼ਤ ਕਰ ਪਾਵਾਂਗਾ। ਦਫ਼ਤਰ ਬੈਠਾ, ਸਾਰੇ ਆਲੇ ਦੁਆਲੇ ਨੇ ਕੋਹਲੀ ਸਾਹਿਬ ਸਾਹਮਣੇ ਖੜੇ ਹੈ। ਬਾਏ ਤੁਹਾਡਾ ਸੱਚਾ ਪਿਆਰ ਦੇਖਣ ਲਈ ਮੈਂ ਤੁਹਾਡੇ ਘਰ ਡਿਨਰ ਲਈ ਆ ਰਿਹਾ ਅੱਜ। ਨਹੀਂ ਨਹੀਂ ਸਰ, ਅੱਜ ਨਹੀਂ। ਕਿਉਂ, ਅੱਜ ਕੋਈ ਪ੍ਰੋਬਲਮ ਹੈ? ਸਰ ਉਹ ਦੇਖੋ ਨਾ ਜੀ, ਅੱਜ ਮੰਗਲਵਾਰ ਹੈ ਤੇ ਮੰਗਲਵਾਰ ਸਰ ਤੁਹਾਨੂੰ ਪਤਾ ਨਾਨ ਵੈਜ ਨਹੀਂ ਬਣਦਾ, ਤੁਸੀਂ ਆਓ ਨਾਨ ਵੈਜ ਨੂੰ। ਨਹੀਂ ਪਰ ਕੱਲ ਨੂੰ ਤਾਰਾ ਡੁੱਬ ਰਿਹਾ, ਮੈਂ ਕਿਸੇ ਦੇ ਘਰ ਨਹੀਂ ਜਾਣਾ। ਕੱਲ ਤਾਰਾ ਡੁੱਬਣਾ ਜੀ, ਪਰ ਜੇ ਤੁਸੀਂ ਅੱਜ ਆ ਕੇ ਕੋਈ ਚੰਨ ਚੜ ਜਾਣਾ ਜੀ। ਕੀ? ਮੇਰਾ ਮਤਲਬ ਤੁਸੀਂ ਆਏ ਤੇ ਸਾਨੂੰ ਚੰਨ ਚੜ ਜਾਣਾ। ਠੀਕ ਹੈ ਫਿਰ, ਅੱਜ 6 ਵਜੇ ਆ ਰਹੇ ਆ ਤੁਹਾਡੇ ਘਰ। ਸੋ ਇਹ ਹੈ ਸਾਰੀ ਸਟੋਰੀ ਕੋਹਲੀ ਵਾਲੀ। ਹੁਣ ਤੂੰ ਦੱਸ ਯਾਰ, ਇਸ ਕੋਹਲੀ ਵਾਲੀ ਮੁਸੀਬਤ ਤੋਂ ਕਿੱਦਾਂ ਛੁਟਕਾਰਾ ਮਿਲੇ? ਆ ਗਿਆ। ਕੌਣ, ਕਿੱਥੇ ਆ ਗਿਆ? ਆਈਡੀਆ ਬੇਟੇ ਮੂੰਹ ਤੇਰੇ ਆ ਗਿਆ ਵੀ ਇਦਾਂ ਕਹਿੰਦਾ, ਜਾਨ ਕੱਟ ਕੇ ਰੱਖਤੀ। ਬੈਠ ਬੈਠ ਯਾਰ, ਆਈਡੀਆ ਇਹ ਹੈ, ਗਲੀ ਤੁਹਾਡੀ ਆ ਭੀੜੀ, ਆਪਾਂ ਉੱਥੇ ਲਵਾ ਦਿੰਦੇ ਛਬੀਲ, ਟ੍ਰੈਫਿਕ ਜਾਮ ਹੋ ਜਾਏਗਾ, ਕੋਹਲੀ ਬਾਹਰ ਦੀ ਬਾਹਰ ਮੁੜ ਜਾਏਗਾ। ਦਿਹਾੜੀ 'ਚ ਇੱਕ ਤਾਕਲ ਦੀ ਗੱਲ ਕਰਨੀ ਹੁੰਦੀ ਹੈ ਨਾ ਤੂੰ, ਤੇ ਹੁਣ ਕਰ ਲੈ, ਮੇਰੇ ਕੰਮ ਆ ਜਾਏਗੀ। ਕਿਉਂ ਮੇਰਾ ਤੂੰ ਹੈਗਾ ਸ਼ਹਿਰ ਦਾ ਸਭ ਤੋਂ ਵਿਹਲਾ ਆਦਮੀ, ਮੈਂ ਤਾਂ ਕਹਿੰਦਾ ਤੈਨੂੰ ਇਸ ਸ਼ਹਿਰ ਦੀ ਹਰ ਗਲੀ ਹਰ ਮਹੱਲੇ ਦਾ ਬੰਦਾ ਤਾਂ ਕੀ ਕੁੱਤਾ ਤੱਕ ਵੀ ਜਾਣਦਾ ਹੈ। ਤੂੰ ਮੇਰੀ ਬੇਇੱਜ਼ਤੀ ਕਰ ਰਿਹਾ ਕਿ ਇੱਜ਼ਤ? ਨਹੀਂ ਨਹੀਂ, ਮੈਂ ਬੜੀ ਇੱਜ਼ਤ ਨਾਲ ਬੇਇੱਜ਼ਤੀ ਕਰ ਰਿਹਾ ਤੇਰੀ। ਅੱਛਾ ਅੱਛਾ, ਤੂੰ ਕਿਸੇ ਤਰੀਕੇ ਯਾਰ ਪਲੀਜ਼ ਮੇਰੇ ਵਾਸਤੇ ਟੈਂਪਰੇਰੀ ਵਾਈਫ ਦਾ ਇੰਤਜ਼ਾਮ ਕਰ ਦੇ, ਸਿਰਫ 2 ਘੰਟੇ ਵਾਸਤੇ। ਮੈਨੂੰ ਨਾ ਸ਼ਹਿਰ 'ਚ ਕਈ ਡਰਾਮੇ ਵਾਲੀ ਕੁੜੀਆਂ ਜਾ ਰਹੀਆਂ, ਆਪਾਂ ਕਰਦੇ ਆ ਉਹਨਾਂ 'ਚੋਂ ਕਿਸੇ ਨੂੰ ਤੇਰੀ ਨਕਲੀ ਵੱਟੀ ਬਣਾ ਦਿੰਦੇ ਹਾਂ। ਵੈਰੀ ਗੁੱਡ, ਪਰ ਪੈਸੇ ਲੱਗਣਗੇ? ਨੋ ਪ੍ਰੋਬਲਮ, ਪੈਸੇ ਦੇਵਾਂਗੇ। ਬੀਵੀ ਅਰੇਂਜ ਕਰ ਲੈ ਫਿਰ, ਜਦ ਹੁਣ ਬੀਵੀ ਵੀ ਆ ਰਹੀ ਹੈ, ਕੋਹਲੀ ਵੀ ਆ ਰਿਹਾ, ਡਿਨਰ ਆਰਡਰ ਕਰ ਲਾਂਗੇ।
ਮੈਂ ਅਜੇ ਤੱਕ ਫੋਨ ਲਾ ਲਾ। ਬੱਬੀ ਤੜਕਾ ਜੀ, ਖਾਣੇ ਦਾ ਆਰਡਰ ਦੇਣਾ ਸੀ। ਡਿਨਰ ਦਾ ਜੀ? ਰਾਤ ਨੂੰ ਬ੍ਰੇਕਫਾਸਟ ਵੀ ਕਰਾ ਦਿੰਦੇ ਹੋ? ਨਹੀਂ ਜੀ। ਲਿਖੋ, ਡੇਢ ਦਾਲ ਤੜਕਾ। ਡੇਢ? ਉਹ ਆਪਾਂ ਨਹੀਂ ਖਾਣੀ, ਬੜੀ ਬਕਵਾਸ ਦਾਲ ਹੁੰਦੀ, ਸਿਰਫ ਬੌਸ ਵਾਸਤੇ ਮਿਲਾਈ। ਇੱਕ ਤਵਾ ਖੁਰਚਣ। ਤਵਾ ਖੁਰਚਣ। ਇੱਕ ਤੁਸੀਂ ਲਿਖੋ ਮਲਾਈ ਕੋਫਤਾ। ਕੱਲ ਦਾ ਪਰਥਾ ਪਿਆ ਜੀ, ਕੰਪਲੀਮੈਂਟਰੀ ਪਾ ਦਵਾਂ? ਪਾ ਦਿਓ ਜੀ, ਜ਼ਰਾ ਡਾਇਨਿੰਗ ਟੇਬਲ 'ਤੇ ਰੌਣਕ ਵੱਧ ਜਾਂਦੀ ਹੈ। ਅਤੇ ਬਾਕੀ ਸਿਰਕੇ ਵਾਲੇ ਪਿਆਜ਼ ਜਿਹੜੇ ਫ੍ਰੀ ਹੁੰਦੇ ਨਾਲ, ਅਤੇ 18.5 ਰੋਟੀਆਂ। ਇਹ ਕੀ ਹਿਸਾਬ ਹੋਇਆ ਜੀ? ਦਰਅਸਲ ਰੱਜ ਕੇ ਰੋਟੀ ਖਾਣ ਤੋਂ ਬਾਅਦ ਮੈਂ ਰਸੋਈ 'ਚ ਜਾ ਕੇ ਅੱਧੀ ਰੋਟੀ ਜ਼ਰੂਰ ਖਾਂਦਾ ਹੁੰਦਾ। 4 ਖੀਰ ਪਿਆਜ਼ੀ ਕਰ ਦਿਓ। ਖੀਰ 'ਚ ਪਿਆਜ਼ ਉਹਦੀ ਕੀ ਲੋੜ ਹੈ? ਉਹ ਰੰਗ ਪਿਆਜ਼ੀ ਆ, ਸਿਰਫ ਵਿੱਚ ਨਹੀਂ ਪਿਆਜ਼ ਪਾਏ ਹੁੰਦੇ, ਖੀਰ ਨੂੰ ਤੜਕਾ ਨਹੀਂ ਲਾਉਂਦੇ ਹੋ। ਠੀਕ ਹੈ ਜੀ, ਜਲਦੀ ਭੇਜ ਦਿਓ, ਨੋਟ ਕਰ ਲਿਆ ਨਾ? ਇਹ ਸਿਰਫ ਨੋਟ ਕਰਨਾ ਹੈ ਕਿ ਭੇਜਣਾ ਵੀ ਹੈ ਜੀ? ਭੇਜਣ ਵਾਸਤੇ ਨੋਟ ਕਰਾਇਆ, ਹੋਰ ਕਿਉਂ ਨੋਟ ਕਰਾਉਣਾ ਸੀ? ਫਿਰ ਐਡਰੈਸ ਵੀ ਨੋਟ ਕਰਾਓ ਨਾ। ਲਿਖੋ ਜੀ, ਚੱਕਥਲ ਕਲੋਨੀ 192 1D ਦੇ ਗਵਾਂਢੀ। ਮਤਲਬ? ਮਤਲਬ ਜੀ, ਕਲੋਨੀ ਨਵੀਂ ਬਣੀ ਹੈ ਅਤੇ ਸਾਡਾ ਨੰਬਰ ਅਜੇ ਲੱਗਾ ਹੀ ਨਹੀਂ, ਉਹ ਗੁਆਂਢੀ ਦੇ ਹਿਸਾਬ ਨਾਲ ਹੀ ਚੱਲਦਾ, 1D ਦੇ ਗੁਆਂਢੀ ਦੇ ਹਿਸਾਬ ਨਾਲ। ਜਲਦੀ ਭੇਜ ਦਿਓ, ਡਿਨਰ ਰਾਜ ਹੀ ਕਰਨਾ ਰਾਤ ਨੂੰ ਅਸੀਂ। ਹਾਂਜੀ, ਭੇਜ ਦਿੰਦੇ ਹਾਂ ਜੀ। ਥੈਂਕ ਯੂ। ਲੈ ਬਈ, ਡਿਨਰ 'ਤੇ ਹੋ ਗਿਆ ਜੀ ਔਡਰ, ਅਤੇ ਤੇਰੀ ਹੋਈ ਗੱਲ ਉੱਧਰ? ਤੂੰ ਰੋਟੀ ਦਾ ਔਡਰ ਕਰ ਰਿਹਾ ਸੀ ਨਾ? ਉਹ ਯਾਰ, ਰੋਟੀ ਦਾ ਔਡਰ ਮੈਂ ਕਰ ਰਿਹਾ, ਤੂੰ ਤਾਂ ਬੋਟੀ ਦਾ ਔਡਰ ਕਰਨਾ, ਤੂੰ ਰੋਟੀ ਨੂੰ ਛੱਡ ਬੋਟੀ ਔਡਰ ਕਰ। ਤੂੰ ਮੈਂ ਕਰਦਾ, ਤੂੰ ਔਡਰ ਕਰ ਅਤੇ ਮੈਂ ਜ਼ਰਾ ਘਰ 'ਚੋਂ ਬਖਸ਼ੀਸ਼ ਕੌਰ ਦੀਆਂ ਫੋਟੋਆਂ ਸਾਰੀਆਂ ਖੁਰਦ ਬੁਰਦ ਕਰਦੇ ਹਾਂ। ਕਰ ਜ਼ਰਾ। ਹੈਂ? ਕਰ ਦੇਣਾ, ਕਰ ਦੋ ਯਾਰ। ਬਗਾਨੀਆਂ ਕੁੜੀਆਂ ਤਰਲੇ ਮਾਰਨ ਨਾਲੋਂ ਕਿਉਂ ਨਾ ਭਾਬੀ ਤਰਲਾ ਮਾਰ ਲਿਆ ਜਾਵੇ? ਹਾਂ, ਨਾਲੇ ਓਰੀਜਨਲ ਬੋਟੀ ਵਰਗੀ ਕੋਈ ਰੀਸ ਹੁੰਦੀ ਹੈ। ਭਾਬੀ ਨੇ ਕਿਹੜਾ ਆਪਾਂ ਨਾ ਕਰਨੀ ਆ, ਉਹ ਕਿਹੜਾ ਚਾਹੀਏ ਤਰੱਕੀ ਨਾ ਹੋਵੇ? ਇੱਕ ਮਿੰਟ ਯਾਰ, ਕੰਮ ਮੇਰਾ, ਫੋਨ ਮੇਰਾ, ਨਹੀਂ ਲੈਂਡਲਾਈਨ ਤੋਂ ਕਰਦੇ। ਮੈਨੂੰ ਫੋਨ ਕਰਨ ਦੀ ਕੋਈ ਲੋੜ ਨਹੀਂ, ਰੋ ਆਪਣੀ ਉਹਨਾਂ ਕੁੱਤੇ ਬਿੱਲੇ ਯਾਰਾਂ ਦੇ ਨਾਲ। ਭਾਬੀ ਜੀ, ਮੈਂ ਉਹੀ ਕੁੱਤਾ ਬੋਲ ਰਿਹਾ, ਮੇਰਾ ਮਤਲਬ ਮੈਂ ਬਿੱਲਾ ਬੋਲ ਰਿਹਾ। ਬਿੱਲੇ ਤੂੰ? ਭਾਬੀ ਜੀ, ਭਾਵੇਂ ਤੁਸੀਂ ਮੈਨੂੰ 2 ਵਾਰੀ ਹੋਰ ਕੁੱਤਾ ਕਹਿ ਲਓ, ਪਰ ਮੇਰੇ ਯਾਰ ਨਾਲ ਕੁੱਤੇ ਖਾਣੀ ਨਾ ਕਰੋ। ਭਾਬੀ ਜੀ, ਦੇਖੋ, ਘੁੱਗੀ ਦੀ ਪ੍ਰਮੋਸ਼ਨ ਦਾ ਮਸਲਾ ਹੈ, ਉਹ ਤਾਂ ਬਹੁਤ ਸਾਰੀ ਹੱਸਦੀ ਖੇਡਦੀ ਫੈਮਿਲੀ ਦੇਖਣ ਆ ਰਿਹਾ, ਜੇ ਉਹਨੂੰ ਪਤਾ ਲੱਗ ਗਿਆ ਨਾ ਫੈਮਿਲੀ ਹੱਸਦੀ ਹੈ ਨਾ ਖੇਡਦੀ ਹੈ, ਪ੍ਰਮੋਸ਼ਨ ਦਾ ਕੀ ਕਿਤੇ ਸਸਪੈਂਸ਼ਨ ਨਾ ਹੋ ਜਾਏ। ਬਿੱਲੇ ਤੂੰ ਵੀ ਕਿੰਨਾ ਭੋਲਾ, ਜਿਹੜਾ ਇਹਨਾਂ ਦੀਆਂ ਝੂਠੀਆਂ ਗੱਲਾਂ ਚਾਈ ਜਾਂਦਾ, ਇਹ ਸਭ ਬਹਾਨੇ ਆ ਮੈਨੂੰ ਘਰ ਬੁਲਾਉਣ ਦੇ। ਅੱਛਾ ਇਹ ਦੱਸ, ਕੱਲ ਰਾਤ ਇਹਨਾਂ ਨੇ ਤੇਰੇ ਵਾਸਤੇ ਫਿਲਮ ਦੀਆਂ ਟਿਕਟਾਂ ਲਈਆਂ ਸੀ? ਜੇ ਤੇਰੀ ਭਾਬੀ ਨਾਲ ਗੱਲ ਹੋਵੇ ਨਾ, ਤੇ ਤੂੰ ਉਹਨੂੰ ਇਹ ਨਹੀਂ ਦੱਸਣਾ ਵੀ ਆਪਾਂ ਦੋਵੇਂ ਇਕੱਠੇ ਫਿਲਮ ਦੇਖਣ ਗਏ ਸੀ? ਨਾ ਭਾਬੀ, ਮੈਨੂੰ ਪਹਿਲਾਂ ਹੀ ਪਤਾ ਸੀ। ਕਹਿ ਦੇ ਆਪਣੇ ਉਸ ਘੁੱਗੀ ਨੂੰ ਕਿ ਮੈਂ ਉਸ ਧੋਖੇ ਬਾਜ਼ ਦੇ ਘਰ ਹੁਣ ਕਦੀ ਨਹੀਂ ਮੁੜਨਾ। ਭਾਬੀ ਜੀ ਪਲੀਜ਼, ਦੇਖੋ ਅਸੀਂ ਤੁਹਾਡੇ ਵਿਆਹ ਤੇ ਭੰਗੜੇ ਪਾਉਂਦੇ ਰਹਿ ਗਏ, ਤੁਸੀਂ ਸਾਨੂੰ ਭਾਜੜਾ ਪਾ ਰਹੇ ਹੋ। ਬਿੱਲੇ, ਇਸ ਘਰ 'ਚ ਮੇਰੀ ਡੋਲੀ ਆਈ ਸੀ। ਹਾਂ, ਤੇ ਫਿਰ ਇੱਥੇ ਵੀ ਇੱਥੇ ਉੱਠੇਗੀ ਨਾ, ਟੈਕਨੀਕਲੀ ਪੜ੍ਹਦੀ ਹੈ ਕਿ ਨਹੀਂ, ਇਸ ਕਰਕੇ ਮੈਂ ਕਹਿ ਰਿਹਾ ਪਲੀਜ਼ ਪਲੀਜ਼ 2 ਘੰਟੇ ਲਈ ਆ ਜਾਓ ਮੇਰੇ ਕਰਕੇ, ਸਿਰਫ 2 ਘੰਟੇ ਲਈ ਆ ਜਾਓ ਪਲੀਜ਼। ਕੀ ਪਲੀਜ਼ ਪਲੀਜ਼ ਲਾਈ ਹੈ? ਤੂੰ ਪੈਸੇ ਨਹੀਂ ਦੇ ਰਹੇ, ਮੁਫਤ ਕੰਮ ਕਰਾ ਰਹੇ ਹਾਂ? ਉਹ ਪਰਾਂ ਹਟ ਤੂੰ, ਹੈਲੋ, ਉਹ ਪਰੇ ਹਟ, ਤੈਨੂੰ ਮੈਂ ਕਿਹਾ 2 ਘੰਟੇ ਲਈ ਮੇਰੀ ਵਾਈਫ ਦੀ ਥਾਂ ਲੈਣੀ ਹੈ, ਤੁਸੀਂ ਪੈਸੇ ਬੋਲੋ ਕਿੰਨੇ, ਜਿੰਨੇ ਕਹੋਗੇ ਨੋਟ ਭੇਜ ਦਿੰਦਾ ਮੈਂ। ਨੋਟ ਛੱਡੋ, ਡਿਵੋਰਸ ਵਾਲੇ ਪਰ ਨੋਟ ਦੀ ਤਿਆਰੀ ਕਰੋ, ਨੋਟ ਤੇ ਮੈਂ ਅਦਾਲਤ 'ਚ ਡਿਸਾਈਡ ਕਰਾਂਗੀ ਕਿ ਤੁਹਾਡਾ ਖੇੜਾ ਛੱਡਣ ਦੇ ਮੈਂ ਕਿੰਨੇ ਲੈਣੇ ਆ। ਬਖਸ਼ੀਸ਼ ਜੀ, ਸਤਿ ਸ਼੍ਰੀ ਅਕਾਲ। ਫੋਨ ਤੇ ਮੇਰਾ ਘਰ ਵਾਲਾ ਨੋਟ ਵੰਡ ਰਿਹਾ, ਮੈਂ ਕਿਉਂ ਪਿੱਛੇ ਰਵਾਂ? ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਬਖਸ਼ੀਸ਼ ਜੀ? ਮੈਂ ਵੀ ਕੰਗ ਦੀ ਧੀ ਨਹੀਂ ਜੀ, ਤੈਨੂੰ ਨੰਗ ਨਾ ਕਰਤਾ। ਪਰ ਤੰਗ ਤੇ ਨਾ ਨਾ ਕਰੋ। ਕੀ ਕਹਿ ਰਹੇ ਸੀ ਫੋਨ ਤੇ? ਮੇਰੀ ਵਾਈਫ ਦੀ ਥਾਂ ਲੈਣੀ ਹੈ? ਇਹੀ ਤੇ ਤੂੰ ਗਲਤ ਸਮਝੀ ਹੈ। ਦੇਖ, ਮੈਂ ਪਤਾ ਕੀ ਕਹਿ ਰਿਹਾ ਸੀ ਕਿਸੇ ਨੂੰ ਕਿ ਮੈਂ ਉਹ ਗੰਡਾ ਬਸਤੀ ਵਾਲੇ ਪਾਸੇ ਨਾ ਇੱਕ ਪਲਾਟ ਦੇਖਿਆ ਸੀ, ਮੈਂ ਕਿਹਾ ਮੈਂ ਆਪਣੀ ਵਾਈਫ ਵਾਸਤੇ ਉਹ ਥਾਂ ਲੈਣੀ ਹੈ, ਮਤਲਬ ਭਾਵੇਂ ਜਿੰਨੇ ਵੀ ਪੈਸੇ ਕਹੋਗੇ ਮੈਂ ਭੇਜ ਦਿਆਂਗਾ, ਨੋਟ ਭੇਜ ਦਿਆਂਗਾ, ਔਰ ਥਾਂ ਲੈਣੀ ਵੀ 2 ਘੰਟੇ ਦੇ ਅੰਦਰ ਅੰਦਰ। ਤੁਸੀਂ ਗਲਤ ਸਮਝ ਗਏ। ਟੈਨਸ਼ਨ ਨਾ ਲਓ, ਤੁਹਾਡੇ ਪਲਾਟ ਤੇ ਕੀ ਭਾਂਡੇ ਨਾ ਵਿਕਵਾਤੇ ਤੱਕਿਓ। ਹੈਲੋ ਹੈਲੋ, ਬਖਸ਼ੀਸ਼ ਕੀ ਕਹਿੰਦੇ ਭਾਬੀ ਜੀ? ਕਹਿ ਰਹੇ ਸੀ ਕਿ ਸੱਜੇ ਪਾਸੇ ਵਾਲਾ ਆਪਣਾ ਬੂਟ ਲਾ ਲੈ ਤੇ ਅੱਡੀ ਵਾਲੇ ਪਾਸੇ ਬਿੱਲੇ ਦੇ ਤਾਲੂ ਚ ਮਾਰ। ਕਮੀਨਿਆ, ਗਿੱਠ ਲੰਮੀ ਤੈਨੂੰ ਰੱਬ ਨੇ ਜ਼ਬਾਨ ਦਿੱਤੀ ਹੈ, ਤੂੰ ਬਕਵਾਸ ਨਹੀਂ ਸੀ ਕਰ ਸਕਦਾ ਭਈ? ਬਖਸ਼ੀਸ਼ ਭਾਬੀ ਨੂੰ ਫੋਨ ਲਾਇਆ ਹੋਇਆ ਤੂੰ ਗੰਜਿਆ ਕਮੀਨਿਆ।